ਸਤਿ ਸ਼੍ਰੀ ਅਕਾਲ ਦੋਸਤੋ। ਦੋਸਤੋ, ਮੈਂ ਨਾ ਪਿਛਲੇ 2 ਕੁ ਦਿਨਾਂ ਤੋਂ ਅੱਜ ਜਦੋਂ ਦਾ ਚੋਣਾਂ ਦੇ ਨਤੀਜੇ ਆਏ ਆ ਅਤੇ ਇੱਕ ਕਮੈਂਟ, ਮਤਲਬ ਇੱਕ ਸਕਰੀਨਸ਼ੋਟ ਵਾਇਰਲ ਹੋਇਆ ਕਾਫੀ ਦੇਖਦਾ, ਉੱਤੇ ਸ਼ੌਂਕੀ ਸਰਦਾਰ ਲਿਖਿਆ ਹੋਇਆ ਉਸ ਕਮੈਂਟ ਦੇ ਉੱਪਰ। ਅਤੇ ਪਹਿਲਾਂ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਇਹ ਚੀਜ਼ ਨੂੰ ਮਤਲਬ ਮਿੱਤਰ ਆ ਜਿਹੜੇ ਉਹ ਸਮਝ ਜਾਣਗੇ ਕਿ ਇਹ ਮੇਰਾ ਨਹੀਂ ਗਾ, ਕਿਉਂਕਿ ਕੋਈ ਸ਼ੌਂਕੀ ਸਰਦਾਰ ਕੋਈ ਮੇਰਾ ਕਾਪੀਰਾਈਟ ਨਹੀਂ ਗਾ ਵੀ ਜਿਹੜਾ ਦੁਨੀਆ 'ਤੇ ਮੈਂ ਹੀ ਇਕੱਲਾ ਸ਼ੌਂਕੀ ਸਰਦਾਰ ਆਪਣੀ ਆਈਡੀ ਦਾ ਜਾਂ ਪੇਜ ਦਾ ਨਾਂ ਰੱਖ ਸਕਦਾ। ਅਸਲ ਦੇ ਵਿੱਚ ਉਹ ਕੋਈ ਵੀ ਬਣਾ ਸਕਦਾ। ਜੇ ਮੈਂ ਆਪਣੇ ਫੋਨ ਦੀ ਸਕਰੀਨ 'ਤੇ ਸ਼ੌਂਕੀ ਸਰਦਾਰ 'ਤੇ ਸਰਚ ਮਾਰ ਕੇ ਤੁਹਾਨੂੰ ਦਿਖਾਵਾਂ ਤਾਂ ਤੁਹਾਨੂੰ ਇੱਕ ਨਹੀਂ ਸੈਂਕੜੇ ਮਤਲਬ ਆਈਡੀਆਂ ਮਿਲ ਜਾਣਗੀਆਂ ਜਿਹੜੀਆਂ ਸ਼ੌਂਕੀ ਸਰਦਾਰ ਦੇ ਨਾਮ 'ਤੇ ਬਣੀਆਂ ਹੋਣਗੀਆਂ। ਤਾਂ ਉਹਦੇ 'ਚੋਂ ਕੋਈ ਵੀ ਬੰਦਾ ਮਤਲਬ ਕੁਛ ਵੀ ਆਪਦੀ ਮਰਜ਼ੀ ਦੇ ਨਾਲ ਕੁਛ ਵੀ ਕਿਤੇ ਲਿਖ ਸਕਦਾ ਜਾਂ ਬੋਲ ਸਕਦਾ, ਤਾਂ ਉਹਦੇ ਨਾਲ ਮਤਲਬ ਮੇਰਾ ਤਾਲੁਕਾਤ ਨਹੀਂ ਹੋ ਸਕਦਾ। ਵੀ ਕਿਸੇ ਬੰਦੇ ਦੀ ਕੋਈ ਸੋਚ ਹੋ ਸਕਦੀ ਆ, ਪਰ ਮੇਰਾ ਜਿਹੜਾ ਹੈਗਾ ਵੀ ਉਹਨੇ ਅੰਮ੍ਰਿਤਪਾਲ ਜਿਹੜੇ ਖਡੂਰ ਸਾਹਿਬ ਤੋਂ ਖੜ੍ਹੇ ਆ ਉਹਨਾਂ ਬਾਰੇ ਮਤਲਬ ਲਿਖੀ ਆ, ਥੋੜ੍ਹਾ ਜਿਹਾ ਭੱਦੀ ਸ਼ਬਦਾਵਲੀ ਦੇ ਵਿੱਚ ਗੱਲ ਕੀਤੀ ਆ। ਪਹਿਲੀ ਗੱਲ, ਤੁਸੀਂ ਮੈਨੂੰ ਇੱਕ ਗੱਲ ਤਾਂ ਤੁਸੀਂ ਮੇਰੇ ਕਰੈਕਟਰ ਨੂੰ ਜਾਣਦੇ ਹੋਵੋਗੇ, ਤਕਰੀਬਨ ਮੈਂ 2007-08 ਤੋਂ ਸੋਸ਼ਲ ਮੀਡੀਆ 'ਤੇ ਐਕਟਿਵ ਹਾਂ, ਤਾਂ ਮੈਂ ਕਦੇ ਵੀ ਮਤਲਬ ਮੇਰੀ ਸ਼ਬਦਾਵਲੀ ਕਦੇ ਨੀਵੇਂ ਪੱਧਰ ਦੀ ਨਹੀਂ ਰਹੀ ਹੋਊ। ਜੇ ਮੈਂ ਕਿਸੇ ਦੇ ਵਿਰੋਧ 'ਚ ਵੀ ਗੱਲ ਕੀਤੀ ਹੋਊਗੀ ਤਾਂ ਮੇਰੀ ਸ਼ਬਦਾਵਲੀ ਕਦੇ ਵੀ ਉਹਦਾ ਪੱਧਰ ਨਹੀਂ ਖਰਾਬ ਹੁੰਦਾ, ਵੀ ਮਤਲਬ ਇੰਨੀ ਕੁ ਚਲੋ ਕਹਿ ਲਓ ਵੀ ਕਹਿ ਲਓ ਕਿਰਪਾ ਹੈਗੀ ਆ ਜਾਂ ਪੇਸ਼ੈਂਸ ਹੈਗੀ ਆ। ਤਾਂ ਦੂਸਰੀ ਗੱਲ ਇਹ ਵੀ ਆ ਸੱਜਣੋ ਕਿ ਮੈਂ ਪੋਲੀਟਿਕਸ ਦੇ ਵਿੱਚ, ਰਾਜਨੀਤੀ ਦੇ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਨਹੀਂ ਰੱਖਦਾ। ਵੀ ਜੇ ਮੈਂ ਕਹਾਂ ਕਿ ਅੰਮ੍ਰਿਤਪਾਲ ਦੇ ਹਾਰਨ ਨਾਲ ਜਾਂ ਕੋਈ ਮੇਰਾ ਫਾਇਦਾ ਹੋਣ ਵਾਲਾ ਸੀ ਜਾਂ ਉਹਦੇ ਜਿੱਤਣ ਨਾਲ ਮੇਰਾ ਕੋਈ ਨੁਕਸਾਨ ਹੋਇਆ, ਤਾਂ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਹੀ ਹੈ ਨਹੀਂ ਗੀ, ਕਿਉਂਕਿ ਮੈਂ ਤਾਂ ਆਪਦੇ ਪਿੰਡ ਦੀ ਰਾਜਨੀਤੀ, ਆਪਣੇ ਹਲਕੇ ਨਿਹਾਲ ਸਿੰਘ ਵਾਲਾ ਦੀ ਰਾਜਨੀਤੀ, ਉਸ ਤੋਂ ਬਾਅਦ ਮੇਰਾ ਵਿਧਾਨ ਸਭਾ ਹਲਕਾ ਫਰੀਦਕੋਟ ਆ ਉਹਦੀ ਰਾਜਨੀਤੀ ਦੇ ਵਿੱਚ ਮੇਰਾ ਕੋਈ ਮਤਲਬ ਇੰਟਰਸਟ ਨਹੀਂ ਸੀਗਾ, ਨਾ ਕਿਸੇ ਨੂੰ ਜਿਤਾਉਣ ਦੇ ਵਿੱਚ ਨਾ ਕਿਸੇ ਨੂੰ ਹਰਾਉਣ ਦੇ ਵਿੱਚ। ਤਾਂ ਤੁਸੀਂ ਦੇਖ ਸਕਦੇ ਆ ਜਾਂ ਪੜਤਾਲ ਕਰ ਸਕਦੇ ਆ, ਜਿਹੜੇ ਜਾਣਦੇ ਉਹ ਚੰਗੀ ਤਰ੍ਹਾਂ ਮੈਨੂੰ ਜਾਣਦੇ ਆ। ਤਾਂ ਮਤਲਬ ਮੈਂ ਇੱਥੋਂ ਚੱਲ ਕੇ ਖਡੂਰ ਸਾਹਿਬ ਜਾ ਕੇ ਮੈਂ ਕਿਉਂ ਕਰੂੰਗਾ, ਹੈ ਨਾ? ਵੀ ਇਹ ਗੱਲ ਨਹੀਂ ਹੋ ਸਕਦੀ। ਮਤਲਬ ਜਿਹੜੇ ਇਹ ਮੈਨੂੰ ਗੱਲ ਤਾਂ ਕਹਿਣੀ ਪੈ ਰਹੀ ਆ ਕਿਉਂਕਿ ਮੈਨੂੰ ਕੁਛ ਮੈਸੇਜ ਆਏ ਸੱਜਣਾਂ ਦੇ, ਅਤੇ ਕੁਛ ਲੋਕ ਮੇਰੇ ਕਮੈਂਟ, ਮੈਂ ਜਿਹੜੀਆਂ ਵੀਡੀਓ ਪਾ ਰਿਹਾ ਤਾਂ ਉਹਦੇ ਵਿੱਚ ਕਮੈਂਟ ਬੋਕਸ ਦੇ ਵਿੱਚ ਵੀ ਪੋਸਟ ਕਰ ਰਹੇ ਆ, ਮਤਲਬ ਵੀ ਉਹ ਸ਼ਾਇਦ ਮੈਂ ਲਿਖਿਆ। ਤਾਂ ਉਹਦੇ ਲਈ ਤੁਸੀਂ ਮਤਲਬ ਸਾਈਬਰ ਕ੍ਰਾਈਮ ਵੀ ਹੈਗਾ, ਮੈਂ ਇਹ ਗੱਲ ਕਹਿ ਸਕਦਾ ਵੀ ਤੁਸੀਂ ਸਾਈਬਰ ਕ੍ਰਾਈਮ ਤੋਂ ਜਾਂਚ ਕਰ ਸਕਦੇ ਆ ਕਿ ਕੌਣ ਹੋ ਸਕਦਾ ਜਿਹੜਾ ਇਸ ਤਰ੍ਹਾਂ ਸ਼ੌਂਕੀ ਸਰਦਾਰ ਨਾਂ ਦਾ ਕੋਈ ਆਈਡੀ ਬਣਾ ਕੇ, ਨਾਲੇ ਤੁਸੀਂ ਦੇਖੋਗੇ ਨਾ ਤਾਂ ਉਹ ਇੱਕ ਆਈਡੀ ਆ, ਲੋਕਡ ਆਈਡੀ ਆ, ਪਬਲਿਕ ਆਈਡੀ ਨਹੀਂ ਗੀ। ਤਾਂ ਮੇਰੇ ਕੋਲ ਜਿਹੜੇ ਮੇਰਾ ਸ਼ੌਂਕੀ ਸਰਦਾਰ ਪੇਜ ਚੱਲਦਾ ਉਹ ਇੱਕ ਪਬਲਿਕ ਪੇਜ ਆ ਜੀ, ਅਤੇ ਕੋਈ ਵੀ ਆ ਸਕਦਾ, ਕੋਈ ਵੀ ਉਹਨੂੰ ਖੋਲ੍ਹ ਸਕਦਾ, ਕੋਈ ਵੀ ਉਹਦੇ 'ਚ ਦੇਖ ਸਕਦਾ। ਤਾਂ ਮੇਰਾ ਜਿਹੜਾ ਇੱਕ ਪੇਜ ਆ ਸ਼ੌਂਕੀ ਸਰਦਾਰ ਉਹ ਪਬਲਿਕ ਪੇਜ ਆ, ਕਿਉਂਕਿ ਸਾਨੂੰ ਪਬਲਿਕ ਮਤਲਬ ਯਾਰ ਮੈਂ ਇੱਕ ਸਿੱਧੀ ਗੱਲ ਇਹ ਆ ਵੀ ਰਾਜਨੀਤੀ ਦੇ ਵਿੱਚ ਇੰਟਰਸਟ ਲੈਣਾ ਨਾ ਲੈਣਾ ਉਹਦੇ ਪਿੱਛੇ ਵੀ ਇੱਕ ਮੇਰਾ ਕਾਰਨ ਆ ਨਾ ਲੈਣ ਦਾ, ਕਿਉਂਕਿ ਮੈਂ ਇੱਕ ਛੋਟਾ ਜਿਹਾ ਕਾਰੋਬਾਰੀ ਬੰਦਾ, ਉਹ ਉਹੋ ਜਿਹਾ ਕਾਰੋਬਾਰੀ ਬੰਦਾ ਜਿਹਨੂੰ ਹਰੇਕ ਧਰਮ, ਹਰੇਕ ਜਾਤ, ਹਰੇਕ ਪਾਰਟੀ ਦੇ ਬੰਦੇ ਨੇ ਮਤਲਬ ਮੈਨੂੰ ਸੱਦਣਾ ਹੁੰਦਾ। ਤਾਂ ਮੈਂ ਕਦੇ ਵੀ ਆਪਦੇ ਗਾਹਕਾਂ ਦੀ ਲਿਸਟ ਨੂੰ ਛੋਟਾ ਨਹੀਂ ਕਰੂਗਾ। ਕੋਈ ਵੀ ਬੰਦਾ ਜਿਹੜਾ ਦੁਕਾਨਦਾਰ ਹੈ ਤਾਂ ਉਹ ਚਾਹੁੰਦਾ ਕਿ ਯਾਰ ਮੈਨੂੰ ਹਰੇਕ ਧਰਮ, ਹਰੇਕ ਜਾਤ, ਹਰੇਕ ਪਾਰਟੀ ਦਾ ਬੰਦਾ ਸੱਦੇ, ਤਾਂ ਉਹ ਕਦੇ ਵੀ ਮਤਲਬ ਆਪਦੀ, ਜੇ ਕਹਿ ਲਓ ਵੀ ਮੈਂ ਕਿਸੇ ਦਾ ਨੁਕਸਾਨ ਕਰਨ ਪਿੱਛੇ ਵੀ ਮੇਰਾ ਹੀ ਨੁਕਸਾਨ ਹੋਊਗਾ, ਕਿਉਂਕਿ ਮਤਲਬ ਕਿਸੇ ਵੀ ਬੰਦੇ ਦੇ ਜਿਹੜੇ
ਉਹਨੂੰ ਪਿਆਰ ਕਰਨ ਵਾਲੇ ਹੋਣਗੇ, ਉਹ ਤਾਂ ਮੈਨੂੰ ਕਦੇ ਵੀ ਸੱਦਣਗੇ ਹੀ ਨਹੀਂ ਐਡਵਰਟਾਈਜ਼ਮੈਂਟ ਕਰਨ ਵਾਸਤੇ। ਤਾਂ ਉਹ ਚੱਕਰ ਦੇ ਵਿੱਚ ਇੱਕ ਨੈਚੁਰਲ ਗੱਲ ਆ ਕਿ ਮੇਰਾ ਤਾਂ ਨੁਕਸਾਨ ਹੀ ਹੋਊਗਾ, ਮੇਰਾ ਕੋਈ ਫਾਇਦਾ ਤਾਂ ਹੋਣ ਨਹੀਂ ਲੱਗਿਆ। ਅਤੇ ਨਾ ਹੀ ਕੋਈ ਜਿਹੜੇ ਇਹ ਫੇਸਬੁੱਕ ਪੇਜਾਂ ਪੂਜਾਂ ਵਾਲੇ ਹੁੰਦੇ ਆ, ਜਾਂ ਇਹ ਜਿਹੜੇ ਮਤਲਬ ਆਪਦੇ ਆਪ ਨੂੰ ਕਹਾਉਂਦੇ ਹੁੰਦੇ ਆ ਐਕਟਰ ਜਾਂ ਵੱਡੇ ਪੇਜਾਂ ਵਾਲੇ ਵੱਡੇ ਇੰਸਟਾਗ੍ਰਾਮ ਵਾਲਿਆਂ ਦੇ, ਇਹਨਾਂ ਦੀ ਬਹੁਤੀ ਔਕਾਤ ਵੀ ਨਹੀਂ ਹੁੰਦੀ ਕਿ ਇਹ ਵੋਟਾਂ 'ਤੇ ਅਸਰ ਪਾ ਦੇਣ। ਇਹ ਚੀਜ਼ਾਂ ਮੈਂ ਮਤਲਬ ਆਹ ਜਿਹੜੀ ਫਰੀਦਕੋਟ ਚੋਣ ਹੋਈ ਆ, ਤਾਂ ਇਹਦੇ ਵਿੱਚ ਮੈਂ ਚੀਜ਼ਾਂ ਦੇਖ ਵੀ ਚੁੱਕਿਆ ਕਿ ਬਹੁਤ ਸਾਰੇ ਕਰਮਜੀਤ ਅਨਮੋਲ, ਉਹਨਾਂ ਦੇ ਖੁਦ ਵੀ ਕਿੰਨੇ ਮਿਲੀਅਨ ਆਫ ਫਾਲੋਅਰ ਆ, ਅਤੇ ਉਹਨਾਂ ਨੂੰ ਕਈ ਮਿਲੀਅਨ ਆਫ ਫਾਲੋਅਰਸ ਵਾਲੇ ਲੋਕਾਂ ਨੇ ਸਪੋਰਟ ਕੀਤੀ, ਪਰ ਫਿਰ ਵੀ ਇੱਕ ਜਿਹੜਾ ਬੰਦਾ 2500 ਫਾਲੋਅਰ ਆਪਣੇ ਫੇਸਬੁੱਕ 'ਤੇ ਰੱਖਦਾ, ਸ਼ਾਇਦ ਹੁਣ ਉਹਨਾਂ ਦੇ ਆ ਵੋਟਾਂ ਦੇ ਦੌਰਾਨ 25-30 ਹਜ਼ਾਰ ਹੋਏ ਹੋਣਗੇ, ਤਾਂ ਉਸ ਬੰਦੇ ਨੇ ਮਿਲੀਅਨ ਆਫ ਫਾਲੋਅਰਸ ਵਾਲੇ ਬੰਦੇ ਨੂੰ ਹਰਾ ਤਾ। ਮਤਲਬ ਰਾਜਨੀਤੀ ਦੇ ਵਿੱਚ ਇਹ ਤਾਂ ਆਹ ਚੀਜ਼ ਤਾਂ ਮਤਲਬ ਜਿਹੜੇ ਵੋਟਾਂ ਪਾਉਣ ਵਾਲੇ ਲੋਕ ਆ, ਇਹ ਬੜੇ ਵਾਰੀ ਸੈਲੀਬ੍ਰਿਟੀਆਂ ਦਾ ਮਤਲਬ ਇੱਕ ਤਰ੍ਹਾਂ ਦਾ ਘਮੰਡ ਤੋੜ ਚੁੱਕੇ ਆ। ਅਤੇ ਮੈਂ ਹੁਣ ਉਸ ਉਮਰ 'ਤੇ ਉਸ ਜਗ੍ਹਾ 'ਤੇ ਹੈਗਾ ਖੜ੍ਹਾ ਜਿੱਥੇ ਮੈਨੂੰ ਇੰਨੀ ਕੁ ਸਮਝ ਹੈਗੀ ਆ ਕਿ ਨਹੀਂ ਬਾਈ, ਇਹਦਾ ਮਤਲਬ ਸਿਰਫ ਇੰਨਾ ਹੀ ਬੜਾ ਕਿ ਘਰ ਕਮਾਉਣ ਨੂੰ, ਬੱਚਿਆਂ ਦੇ ਕਮਾਉਣ ਨੂੰ ਰੋਜ਼ੀ ਰੋਟੀ ਮਿਲੀ ਜਾਂਦੀ ਆ। ਤਾਂ ਇਸ ਤਰ੍ਹਾਂ ਦਾ ਕੰਮ ਮਤਲਬ ਮੈਂ ਨਹੀਂ ਕਰ ਸਕਦਾ। ਮੇਰੀ ਉਮਰ, ਮੇਰਾ ਸੁਭਾਅ, ਮੇਰਾ ਕਾਰੋਬਾਰ ਇੱਕ ਚੀਜ਼ਾਂ ਨੂੰ ਮਤਲਬ ਕਹਿ ਲਓ ਵੀ ਮੇਰੀ ਆਗਿਆ ਹੀ ਨਹੀਂ ਦਿੰਦਾ ਸੱਜਣੋ। ਤਾਂ ਮੇਰਾ ਮਤਲਬ ਕਹਿਣ ਤੋਂ ਭਾਵ ਸੱਜਣੋ, ਉਸ ਕਮੈਂਟ ਦੇ ਨਾਲ ਨਾ ਹੀ ਕੋਈ ਤਾਲਕ ਹੈਗਾ, ਨਾ ਹੀ ਮੈਂ ਉਹ ਲਿਖਿਆ, ਨਾ ਉਹ ID ਮੇਰੀ ਆ। ਜੇ ਕੋਈ ਵੀ ਸੱਜਣ ਪੜਤਾਲ ਕਰਨੀ ਚਾਹੁੰਦਾ ਤਾਂ ਤੁਸੀਂ ਸਾਈਬਰ ਕ੍ਰਾਈਮ ਤੋਂ ਉਹਦੀ ਪੜਤਾਲ ਕਰਵਾ ਸਕਦੇ ਹਾਂ, ਅਤੇ ਉਹ ਜਿਹਦੀ ਵੀ ਨਿਕਲਦੀ ਆ ID, ਅਤੇ ਉਹ ਤੁਹਾਨੂੰ ਪਤਾ ਲੱਗ ਜੂਗਾ। ਜਿਹੜਾ ਕਿ ਕਾਰੋਬਾਰੀ ਬੰਦਾ ਹੁੰਦਾ ਉਹ ਕਦੇ ਵੀ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਦਾ ਹੁੰਦਾ, ਅਤੇ ਨਾ ਹੀ ਬਾਈ ਮੇਰੇ ਨਾਲ ਕੋਈ ਉਹਨਾਂ ਦਾ ਕੋਈ ਹੈਗਾ ਵੀ ਜਿਹਦੇ ਨਾਲ ਮੈਂ ਉਹਨਾਂ ਦਾ ਨੁਕਸਾਨ ਕਰਕੇ ਕੋਈ ਆਪਣਾ ਫਾਇਦਾ ਕਰ ਲੂੰਗਾ। ਤਾਂ ਮੇਰਾ ਤਾਂ ਉਹ ਕਿਸੇ ਹੋਰ ਬੰਦੇ ਨੇ ਕਮੈਂਟ ਕੀਤਾ, ਮੈਨੂੰ ਤਾਂ ਹੋਣ ਹੀ ਲੱਗੀ ਜਾਂਦਾ ਕਿ ਯਾਰ ਮੇਰਾ ਨੁਕਸਾਨ ਹੋ ਗਿਆ। ਮੈਨੂੰ ਤਾਂ ਹੋਣ ਹੀ ਲੱਗੀ ਜਾਂਦਾ ਕਿ 5-10 ਬੰਦੇ ਕਿਤੇ ਭੁਲੇਖੇ ਨਾਲ ਹੀ ਨਾ ਮੈਨੂੰ ਟੁੱਟ ਜਾਣ। ਮੈਂ ਇਸੇ ਕਰਕੇ ਹੀ ਸਫਾਈ ਦੇਣ ਲੱਗਿਆ ਹੋਇਆ। ਮਤਲਬ ਇੱਕ ਜਿਹੜਾ ਕਾਰੋਬਾਰੀ ਬੰਦਾ ਹੁੰਦਾ ਉਹ ਤਾਂ ਇੰਨਾ ਕੁ ਸੋਚਦਾ ਹੁੰਦਾ, ਅਤੇ ਉਹਨੇ ਗਲਤੀ ਕਰਨਾ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਸੱਜਣੋ। ਮੈਂ ਇਸ ਕਰਕੇ ਮੈਂ ਬੇਨਤੀ ਕਰਦਾ ਸਾਰੇ ਸੱਜਣਾਂ ਨੂੰ, ਪਿਆਰ ਕਰਨ ਵਾਲੇ ਸੱਜਣਾਂ ਨੂੰ, ਕਿ ਸੱਜਣੋ ਉਸ ID ਦੇ ਨਾਲ ਮੇਰਾ ਕੋਈ ਤਾਲਕਾਤ ਨਹੀਂ ਗਾ। ਜੇ ਫਿਰ ਵੀ ਕਿਸੇ ਸੱਜਣ ਨੂੰ ਗੁੱਸਾ ਲੱਗ ਰਿਹਾ ਕਿ ਸ਼ਾਇਦ ਮੈਂ ਕੀਤਾ, ਤਾਂ ਉਹ ਮੈਨੂੰ ਆਪਦਾ ਵਡਭਾਗ ਮਹਿਸੂਸ ਹੋ ਰਿਹਾ, ਮੈਨੂੰ ਆਪਣੇ ਵੱਡੇ ਭਾਗ ਮਹਿਸੂਸ ਹੋ ਰਿਹਾ ਕਿ ਕੋਈ ਸੱਜਣ ਮੇਰੇ 'ਤੇ ਇੰਨਾ ਮਾਣ ਰੱਖਦਾ, ਮੇਰੇ ਨਾਲ ਇੰਨਾ ਸੁਨੇਹ ਰੱਖਦਾ, ਪਿਆਰ ਰੱਖਦਾ, ਕਿ ਕੋਈ ਮੇਰੇ ਮੂੰਹੋਂ ਕੋਈ ਗਲਤ ਸ਼ਬਦਾਵਲੀ ਹੈ ਜਿਹੜੀ ਉਹ ਬਰਦਾਸ਼ਤ ਨਹੀਂ ਕਰ ਰਿਹਾ। ਤਾਂ ਇਹ ਮੈਨੂੰ ਚੰਗਾ ਵੀ ਲੱਗ ਰਿਹਾ ਇਹ ਗੱਲ ਕਿ ਮੇਰੇ ਨਾਲ ਜੇ ਕੋਈ ਸ਼ਕਵਾ ਕਰ ਰਿਹਾ ਤਾਂ ਉਹ ਮੇਰਾ ਆਪਣਾ। ਤਾਂ ਪਰ ਮੈਂ ਆਪਣਿਆਂ ਨੂੰ ਕਹਿਣਾ ਚਾਹੁੰਦਾ ਕਿ ਉਹ ID ਸੱਜਣੋ ਮੇਰੀ ਨਹੀਂ, ਨਾ ਹੀ ਮੈਂ ਕਦੇ ਇਸ ਤਰ੍ਹਾਂ ਦੀ ਗਲਤੀ ਕਰ ਸਕਦਾ, ਅਤੇ ਪਰਮਾਤਮਾ ਅੱਗੇ ਤੋਂ ਮੈਥੋਂ ਤੱਕ ਹੀ ਕਿਸੇ ਤੋਂ ਵੀ ਨਾ ਕਰਵਾਵੇ। ਜਿਉਂਦੇ ਵਸਦੇ ਰਹੋ, ਬਹੁਤ ਬਹੁਤ ਧੰਨਵਾਦ।